ਧੂਰੀ ਦੇ ਕੈਂਬਰਿਜ ਸਕੂਲ ਵਿੱਚ ਸਾਲਾਨਾ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਡੇ ਅਤੇ ਛੋਟੇ ਬੱਚਿਆਂ ਨੇ ਮਿਲ ਕੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ। ਇਸ ਸਮਾਗਮ ਦੀ ਤਿਆਰੀ ਲਈ ਸਕੂਲ ਦੇ ਟੀਚਰਸ ਨੇ 15 ਦਿਨ ਪਹਿਲਾਂ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ। ਇਸ ਸਮਾਗਮ ਵਿੱਚ ਖਾਸ ਤੌਰ 'ਤੇ ਪੰਜਾਬੀ ਫਿਲਮਾਂ ਦੇ ਸੁਪਰ ਸਟਾਰ ਹੌਬੀ ਧਾਲੀਵਾਲ ਅਤੇ ਮੋਗਾ ਦੇ ਡਿਪਟੀ ਕਮਿਸ਼ਨਰ ਨੇ ਆਪਣੀ ਹਾਜ਼ਰੀ ਲਗਵਾਈ। ਇਸ ਸਮਾਗਮ ਦੇ ਵਿੱਚ ਸਕੂਲ ਦਾ ਨਾਮ ਵੱਖ-ਵੱਖ ਖੇਤਰਾਂ ਵਿੱਚ ਰੋਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹੌਬੀ ਧਾਲੀਵਾਲ ਨੇ ਕਿਹਾ ਕਿ ਬੱਚੇ ਜੰਕ ਫੂਡ ਨੂੰ ਛੱਡ ਕੇ ਹੈਲਦੀ ਫੂਡ ਖਾਣ ਤਾਂ ਜੋ ਉਹ ਸਿਹਤ ਬਣਾਉਣ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ। ਇਸ ਮੌਕੇ ਗੱਲਬਾਤ ਕਰਦਿਆਂ ਮੋਗਾ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਬੱਚੇ 98% ਨੰਬਰ ਲੈ ਕੇ ਵੀ ਬਾਹਰ ਦਾ ਰੁਖ ਕਰ ਰਹੇ ਹਨ, ਜੋ ਕਿ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ। ਉਹਨਾਂ ਕਿਹਾ ਕਿ IAS PCS ਅਤੇ ਹੋਰ ਅਜਿਹੇ ਕੋਰਸ ਕਰਕੇ ਬੱਚੇ ਆਪਣੇ ਹੀ ਦੇਸ਼ ਦੇ ਵਿੱਚ ਆਪਣਾ ਭਵਿੱਖ ਬਣਾ ਸਕਦੇ ਹਨ। ਇਸ ਸਮਾਗਮ ਦੇ ਅੰਤ ਵਿੱਚ ਪ੍ਰਿੰਸੀਪਲ ਸਾਹਿਬ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਰ, ਅੱਜ ਧੂਰੀ ਦੇ ਫੰਕਸ਼ਨ, ਕੈਂਬਰਿਜ ਸਕੂਲ ਦੇ ਫੰਕਸ਼ਨ 'ਚ ਆਏ, ਕਿਸ ਤਰ੍ਹਾਂ ਦਾ ਲੱਗਾ ਸਰ? ਬਹੁਤ ਸੋਹਣਾ ਲੱਗਿਆ, ਬਹੁਤ ਪਿਆਰਾ ਲੱਗਿਆ। ਉਹ ਜਿੰਨੀਆਂ ਐਕਸਪੈਕਟੇਸ਼ਨ ਸੀਗੀਆਂ ਕਿ ਇੱਕ ਸਕੂਲ 'ਚ ਚੱਲਿਆ, ਮੈਂ ਪਹਿਲੀ ਵਾਰੀ ਆਇਆ ਸਕੂਲ 'ਚ, ਅਤੇ ਮੇਰੇ ਮਿੱਤਰ ਨੇ ਇੱਥੋਂ ਦੇ ਮਾਲਕ ML ਗਰਗ ਸਾਹਿਬ, ਪਰ ਇਹਨਾਂ ਨੇ ਕਦੇ ਸਕੂਲ 'ਚ ਨਹੀਂ ਬੁਲਾਇਆ ਸੀ ਮੈਨੂੰ, ਅਤੇ ਬੜਾ ਚੰਗਾ ਲੱਗਿਆ। ਬਟ ਜਿੱਦਾਂ ਦਾ ਮੈਨੂੰ ਸੀਗਾ ਕਿ ਇੱਦਾਂ ਦਾ ਸਕੂਲ ਹੈਗਾ, ਧੂਰੀ ਮਲੇਕੋਲਾ ਰੋਡ 'ਤੇ ਹੈ, ਤੋ ਛੋਟਾ ਜਿਹਾ ਸਕੂਲ ਹੋਊਗਾ, ਛੋਟਾ ਜਿਹਾ ਫੰਕਸ਼ਨ ਹੋਊਗਾ, ਬਟ ਇੰਨੀ ਡੈਡੀਕੇਸ਼ਨ ਬੱਚਿਆਂ 'ਚ ਔਰ ਇੱਡਾ ਕੁਆਲਿਟੀ ਫੰਕਸ਼ਨ ਦੇ ਮਨੋਬਲ ਬੜਾ ਉੱਚਾ ਸੀ ਬੱਚਿਆਂ ਦਾ ਜਿਹੜੇ ਕੰਮ ਕਰ ਰਹੇ ਨੇ। ਹਲੇ ਵੀ ਫੰਕਸ਼ਨ ਚੱਲ ਰਿਹਾ, ਪਰ ਅਸੀਂ ਇੱਕ ਬ੍ਰੇਕ ਲੈ ਕੇ ਇੱਧਰ ਨੂੰ ਆ ਗਏ ਹਾਂ, ਕਿਉਂਕਿ ਮੈਂ ਚੱਲਿਆ ਸੀ, ਮੈਨੂੰ ਸਕਸੈਨਾ ਸਾਹਿਬ ਮੇਰੇ ਖੱਬੇ ਹੱਥ ਬੈਠੇ ਨੇ, ਪ੍ਰਿੰਸੀਪਲ ਨੇ ਸਕੂਲ ਦੇ, ਇਹਨਾਂ ਨੇ ਧੱਕੇ ਨਾਲ ਰੋਕ ਲਿਆ, ਅਤੇ ਇਹਨਾਂ ਨੇ ਧੱਕਾ ਥੋੜ੍ਹਾ ਹੀ ਕੀਤਾ, ਪਰ ਮੈਂ ਰੁਕਣ ਦਾ ਮੇਰਾ ਚਿੱਤ ਪਹਿਲਾਂ ਹੀ ਸੀਗਾ ਵੀ ਮੈਂ ਰੋਕ ਹੀ ਜਾਵਾਂ ਯਾਰ, ਹੁਣ ਸਾਰਾ ਦੇਖ ਹੀ ਜਾਵਾਂ ਜਿਹੜੀਆਂ ਦੋ ਆਈਟਮਸ ਰਹਿੰਦੀਆਂ ਨੇ, ਅਤੇ ਬੜਾ ਚੰਗਾ ਲੱਗਿਆ। ਹੌਬੀ ਜੀ, ਇੱਕ ਲਾਸਟ ਐਕਟੀਵਿਟੀ ਸੀਗੀ, ਲਗਾਤਾਰ ਪੰਜਾਬ ਦੇ ਨੌਜਵਾਨ ਬਾਹਰ ਵੱਲ ਰੁਖ ਕਰ ਰਹੇ ਨੇ, ਪਰ ਉੱਥੇ ਜਾ ਕੇ ਉਹਨਾਂ ਦੀ ਜ਼ਿੰਦਗੀ ਵੀ ਜੇ ਦੇਖਿਆ ਜਾਵੇ, ਪੰਜਾਬ ਦੇ ਉਹਨਾਂ ਦਾ ਪਰਿਵਾਰ ਖਤਮ ਹੁੰਦਾ ਜਾਂਦਾ, ਕੀ ਲੱਗਦਾ ਉਸ ਤੋਂ ਬਾਅਦ ਉਹਨਾਂ ਦਾ ਕੋਈ ਪਰਿਵਾਰ ਹੈ ਉੱਥੇ ਬਾਹਰ ਜਾ ਕੇ? ਜਿਹੜਾ ਮੇਰਾ ਆਪਦਾ ਪਰਸਨਲ ਐਕਸਪੀਰੀਅੰਸ ਹੈ, ਮੈਂ ਵਾਰ ਵਾਰ ਜਾਂਦਾ ਰਹਿੰਦਾ ਸ਼ੂਟਿੰਗਸ ਦੇ ਰਾਹੀਂ, ਸ਼ੂਟਿੰਗਸ ਦੇ ਕਰਕੇ, ਬਟ ਭਵਿੱਖ ਪੰਜਾਬ ਦਾ, ਭਾਰਤ ਦਾ ਬਹੁਤ ਪਿਆਰਾ, ਬਹੁਤ ਚੰਗਾ ਹੈ ਆਉਣ ਵਾਲਾ। ਸਿਰਫ ਸਮਝਣ ਦੀ ਲੋੜ ਹੈ, ਸਮੇਂ ਦੀ ਨਜ਼ਾਕਤ ਨੂੰ ਫੜਨ ਦੀ ਲੋੜ ਹੈ। ਮੈਨੂੰ ਲੱਗਦਾ ਲਫ਼ਜ਼ ਮੇਰਾ ਚੁਭਵਾਂ ਹੋ ਸਕਦਾ, ਮੈਨੂੰ ਐਂ ਲੱਗਦਾ ਕਿ ਪੰਜਾਬੀ ਭੇਡਾਂ ਜਿਹੀਆਂ ਹੋ ਗਈਆਂ। ਜਿਵੇਂ ਇੱਕ ਟੀਚਰ ਪੁੱਛਦਾ ਕਿ 30 ਭੇਡਾਂ ਖੂਹ 'ਚ, ਇੱਕ ਡਿੱਗ ਵੀ ਅਤੇ ਬਾਕੀ ਕਿੰਨੀ ਆ? ਕਹਿੰਦਾ ਜੀ ਕੋਈ ਨਹੀਂ। ਉਹ ਟੀਚਰ ਨੇ ਦੋ ਵਾਰੀ ਬਾਰੇ ਜਵਾਕ ਦੇ ਚਾਟੇ, ਕਹਿੰਦਾ ਤੈਨੂੰ ਪਤਾ ਨਹੀਂ ਵੀ 30 'ਚੋਂ ਇੱਕ ਡਿੱਗ ਵੀ ਅਤੇ 29? ਉਹ ਕਹਿੰਦਾ ਜੀ ਤੁਹਾਨੂੰ ਭੇਡਾਂ ਦਾ ਨਹੀਂ ਪਤਾ, ਸਾਰੀਆਂ ਹੀ ਡਿੱਗਣਗੀਆਂ। ਅਤੇ ਉਹ ਹਾਲ ਹੈ ਇਹਨਾਂ ਦਾ, ਮੇਰਾ ਹਾਲ ਪੰਜਾਬੀ। ਚਲੋ, ਚੰਗੇ ਭਵਿੱਖ ਲਈ ਤੁਸੀਂ ਕਿਤੇ ਜਾਂਦੇ ਹੋ, ਕੋਈ 2-4 ਪਰਿਵਾਰ ਚਲੇ ਜਾਣ, 2-4 ਬੱਚੇ ਪੜ੍ਹਨ ਚਲੇ ਜਾਣ, ਪਰ ਪੰਜਾਬੀਆਂ ਦਾ ਨਾ ਇੱਕ ਰੁਝਾਨ ਰਿਹਾ ਪਹਿਲਾਂ। ਮੈਂ ਸਪੈਸ਼ਲੀ ਪੰਜਾਬੀ ਤੁਹਾਨੂੰ ਸਾਰਿਆਂ ਨੂੰ ਕਹਿਣਾ ਕਿ ਚੰਗੀ ਮੁਟਿਆਰ ਜਵਾਨ ਹੋਈ, ਵਿਆਹ ਦਿਓ ਅਮਰੀਕਾ, ਚੰਗਾ ਮੁੰਡਾ ਜਵਾਨ ਹੋਇਆ ਕਿਸੇ ਪਰਿਵਾਰ ਦਾ, ਵਿਆਹ ਦਿਓ ਕੈਨੇਡਾ, ਵਿਆਹ ਦਿਓ ਇੰਗਲੈਂਡ, ਕੋਈ ਇੰਜੀਨੀਅਰ, ਫਲਾਣਿਆਂ ਦੀ ਕੁੜੀ ਵੀ ਡਾਕਟਰ ਬਣ ਗਈ, ਇਹ ਸੁਣਦਾ ਹੁੰਦਾ ਸੀ ਮੈਂ ਨਿਕਾ ਜਿਹਾ ਹੁੰਦਾ, ਫਲਾਣਿਆਂ ਦੀ ਕੁੜੀ ਡਾਕਟਰ ਬਣ ਗਈ, ਵਿਆਹ ਦਿਓ ਇੰਗਲੈਂਡ, ਫਲਾਣਿਆਂ ਦਾ ਮੁੰਡਾ ਇੰਜੀਨੀਅਰ ਹੋ ਗਿਆ, ਵਿਆਹ ਦਿਓ ਅਮਰੀਕਾ। ਸੋ ਸੁਹੱਪਣ ਤੁਸੀਂ ਕੱਢਤਾ ਹੈ, ਪੜ੍ਹਾਈ ਤੁਸੀਂ ਕੱਢਤੀ, ਫਿਰ 4 ਪੈਸਿਆਂ ਵਾਲੇ ਲੋਕ ਸੀਗੇ ਉਹ ਤੁਸੀਂ ਕੱਢਤੇ। ਅੱਜ ਇਹ ਹਾਲਾਤ ਇੰਨੀ ਤੇਜ਼ੀ ਫੜ ਗਏ ਨੇ ਕਿ ਲੋਕ ਕਰਜ਼ਾ ਚੱਕ ਚੱਕ ਕੇ, ਜ਼ਮੀਨਾਂ ਗਹਿਣੇ ਕਰ ਕਰਕੇ ਬਾਹਰ ਜਾ ਰਹੇ ਨੇ। ਪਰ ਰਿਜ਼ਲਟਸ ਦੇਖੋ, ਸਾਡੇ ਜੇ ਪੰਜਾਬ ਦੇ ਵਿੱਚ 1,00,000 ਬੰਦਾ ਜਾਂ 1,000 ਬੰਦਾ ਜਾਂ 100 ਬੰਦਾ ਮਿਹਨਤ ਕਰਦਾ, ਤਾਂ ਉਹਦੇ 'ਚੋਂ 97 ਕਾਮਯਾਬ ਨੇ, ਕਿਉਂਕਿ 5 ਚੀਜ਼ਾਂ ਜ਼ਿੰਦਗੀ ਜਿਉਣ ਵਾਸਤੇ: ਸਿਹਤ, 4 ਯਾਰ, ਬੀਵੀ,
बच्चे थोड़े जे पैसे ये लगभग हर पंजाबी को लगभग हर पंजाबी को चीज़ा ने पर कनेडा च रेंदे लगभग सारे पंजाबियों को दो चीज़ा ने माफ करो थोड़े को चार ही ने पंजा चो एक चीज़ है नहीं जिहड़ी मर्जी या थोड़े को सेहत है नहीं या थोड़े को सोशल थोड़े दोस्त नहीं है या पैसे नहीं है या बीवी नहीं या फिर बच्चे नहीं क्योंकि बच्चों की शुरुआत स्कूल तो होंगी है कि लगता है अजिंह एक्टिविटिया के बच्चे बहुत कुछ सीखने भी मिलता है। हाँ बिल्कुल एनुअल फंक्शंस देखो होने चाहिए ने ये तो सक्सेना साहब को पता होगा कि इन्होंने मेहनत किन्ने चिर तो की महीने तो दो तो तीन तो चार तो या दस दिन पर हर एक बच्चा मैनू यो लगता गर्ग साहब ने दसिया कि 3000 बच्चा पढ़ता इन्होंने स्कूल के एंड 800 बच्चा कल मलेरकोटले तो आता मलेरकोटला मेरे हाल इतों 15-16 किलोमीटर होना तो अमरगढ़ तो आता मेरे पिंडों तो संगरूर तो धूरी तो 3000 बच्चे की स्ट्रेंथ है लगभग मैं हूँ तक लग रहा कि 3000 जवाक स्टेज तो दी निकल गया सो इन्ने बच्चों की इनवॉल्वमेंट करवाना उन्होंने छोटे छोटे रोल देना तो कित भी मैं क्योंकि खुद एक आर्टिस्ट हाँ स्टेज पर कोई भी बच्चा जो परफॉर्म करना आया वो कित मैं स्टैप नहीं जी एक्सट्रा जहाँ वैसे ही फसाया गया जहाँ बिच नहीं लगे हाले तक किसी भी आइटम कोई शक नहीं के दुनिया च ही वध रहा है गुजरात च बहुत वध्या जिस मुल्क तो शुरू होया सी उस मुल्क तो लेके हर मुल्क दे हर कोने च पहुंचा नशा पर ਪੰਜਾਬੀ ਐਡੇ ਗਿਰ ਜਾਣਗੇ ਅਤੇ ਐਡੀ ਛੇਤੀ ਇਹਦੇ ਗੁਲਾਮ ਹੋ ਜਾਣਗੇ ਇਹ ਨਹੀਂ ਸੀ ਕਦੇ ਸੋਚਿਆ ਕੀ ਸਰ ਇਹ ਸਰਕਾਰਾਂ ਦਾ ਨਹੀਂ ਇਹ ਸਮਾਜ ਜ਼ਿੰਮੇਵਾਰ ਹੈ ਸਰਕਾਰ ਕਦੇ ਕੋਈ ਨਸ਼ਾ ਨਹੀਂ ਵਿਖਾਉਂਦੀ ਹੋਣਗੇ ਇਹ ਗੰਦੀਆਂ ਮੱਝਾਂ ਹੁੰਦੀਆਂ ਨੇ ਪੂਛਾਂ ਮਾਰਨ ਵਾਲੀਆਂ ਕੁਛ ਸਰਕਾਰੀ ਅਫਸਰ ਵੀ ਹੋਣਗੇ ਕੁਛ ਮੰਤਰੀ ਵੀ ਸ਼ਾਇਦ ਹੋ ਸਕਦੇ ਨੇ ਵਿੱਚ ਇਨਵੋਲਵ ਹੋਣ ਪਰ ਕਿਉਂਕਿ ਸਿੱਧੇ ਤੌਰ 'ਤੇ ਹਾਲੇ ਤੱਕ ਕੋਈ ਨਹੀਂ ਫੜਿਆ ਗਿਆ ਇਸ ਕਰਕੇ ਮੈਂ ਕਹੂੰਗਾ ਨਹੀਂ ਸ਼ਾਇਦ ਹੋਣ ਪਰ ਯਸ समाज का हर बच्चा की बुढ़ा की बुढ़िया की धियाँ की पुत की जवान की टीके लाते फिरते हैं सिंथेटिक नशे लेंदे फिरते हैं आँदा कितों है शायद सरकार रोक सकती है मैं हजे सरकार दे उस उन्ना मेरा कद बुत नहीं है शायद जे चाहे तो सरकार रोक सकती है एज अ मैथ टीचर मैं अपॉइंटेड हाँ TGT टीचर मैं एक्चुअली गिद्धा ट्रेंड मतलब गिद्धे की जो आइटम है मैं उन्होंने परफॉर्म करवाया तो एक्चुअल साढ़े स्कूल का जो ये फंक्शन है 3 साल बाद ऑर्गनाइज किया गया फंक्शन बहुत ही वधिया तो बहुत ही सही वे अपने एंडिंग वाल जा रहा है इस दे विच असी हर तरह की आइटम हर स्टेट का फोक लैके आने की कोशिश की है ये ये शो किया है कि असी एक इंडिया रीप्रजेंट कर सकी हर स्टेट नू रीप्रजेंट किया गया हर स्टेट के फोक नू रीप्रजेंट किया गया इस तो साड़ी कोशिश रहेगी कि असी इस चीज़ नू होर भी वधिया वे नाल रीप्रजेंट करके ते सब दे सामने लैके आ सकी केड़ी क्लास तो लैके केड़ी क्लास तक है अज का जो फंक्शन है अज का जो फंक्शन है 5th to लैके +2 तक है तो जो कल से वह नर्सरी 2 4th तक का बहुत ही शान ਦਾ ਤਰੀਕੇ ਦੇ ਨਾਲ ਬਹੁਤ ਹੀ ਵਧੀਆ ਆਰਗੇਨਾਈਜ਼ਡ ਢੰਗ ਦੇ ਨਾਲ ਇਹ ਆਪਣੇ ਐਂਡਿੰਗ ਵੱਲ ਜਾ ਰਿਹਾ ਹੈ। ਰਾਜੇ ਤੁਹਾਡਾ ਨਾਮ? ਮੇਰਾ ਨਾਮ ਮਹਿਕ। ਬੇਟਾ ਅੱਜ ਦੇ ਫੰਕਸ਼ਨ ਦੇ ਬਾਰੇ ਕੀ ਕਹੋਗੇ, ਕਿਸ ਤਰ੍ਹਾਂ ਰਿਹਾ ਫੰਕਸ਼ਨ? ਮੈਂ ਇਸ ਫੰਕਸ਼ਨ ਦੇ ਬਾਰੇ ਇਹ ਕਹਿਣਾ ਚਾਹੂੰਗੀ ਕਿ ਇੱਕ ਤਾਂ ਇਹ ਅਸੀਂ 3 ਸਾਲ ਬਾਅਦ ਮਨਾ ਰਹੇ ਹਾਂਗੇ ਅਤੇ ਸਾਡੇ ਪ੍ਰਿੰਸੀਪਲ ਸਰ ਨੇ ਸਾਡਾ ਬਹੁਤ ਧਿਆਨ ਰੱਖਿਆ ਅਤੇ ਸਾਡੀ ਬਹੁਤ ਮਦਦ ਕੀਤੀ ਹੈਗੀ ਜਿਸ ਦੇ ਨਾਲ ਸਾਡੇ ਬੱਚਿਆਂ ਦਾ ਜਿਹੜਾ ਟੈਲੈਂਟ ਹੈਗਾ ਉਹ ਵੀ ਮੂਹਰੇ ਆ ਰਿਹਾ ਹੈਗਾ ਅਤੇ ਅਸੀਂ ਸਟੱਡੀ ਦੇ ਇਲਾਵਾ ਹੋਰ ਵੀ ਐਕਟੀਵਿਟੀਜ਼ ਵਿੱਚ ਜਾ ਰਹੇ ਹਾਂਗੇ ਅਤੇ ਉਸ ਦੇ ਨਾਲ ਸਾਨੂੰ ਬਹੁਤ ਜ਼ਿਆਦਾ ਵਧੀਆ ਵੀ ਲੱਗ ਰਿਹਾ ਹੈਗਾ ਅਤੇ ਬਾਕੀ ਅਸੀਂ 15 ਦਿਨਾਂ ਦੀ ਮਿਹਨਤ ਬਾਅਦ 'ਚ ਇਹ ਫੰਕਸ਼ਨ ਆਇਆ ਹੈਗਾ ਅਤੇ ਅਸੀਂ ਚਾਹੁੰਦੇ ਹੈਗੇ ਕਿ ਇਸ ਤਰ੍ਹਾਂ ਦੇ ਫੰਕਸ਼ਨ ਹੋਰ ਹੁੰਦੇ ਰਹਿਣ ਅਤੇ ਬਾਕੀ ਸਭ ਮਿਹਨਤ ਕਰ ਰਹੇ ਨੇਗੇ ਅਤੇ ਵੀ ਮਤਲਬ ਦੂਸਰੀ ਬਾਹਰ ਜਾਣ ਦੀ ਜਗ੍ਹਾ ਉਹ ਬੱਚੇ ਐਜ ਸਕੂਲ ਦੇ ਜਿਹੜੇ ਫੰਕਸ਼ਨਸ ਨੇ ਜਾਂ ਸਪੋਰਟਸ ਵਗੈਰਾ ਹੋ ਗਈਆਂ ਇਹੋ ਜਿਹੀ ਚੀਜ਼ਾਂ ਵਿੱਚ ਪਾਰਟ ਲੈਣ। ਨਸ਼ਿਆਂ ਪ੍ਰਤੀ ਕੀ ਕਹਿਣਾ ਚਾਹੋਗੇ? ਨਸ਼ੇ ਪ੍ਰਤੀ ਇਹ ਕਹਿਣਾ ਚਾਹੂੰਗੀ ਕਿ ਜੇ ਉਹ ਨਸ਼ਾ ਪਹਿਲਾਂ ਤਾਂ ਨਸ਼ਾ ਬਹੁਤ ਬੁਰੀ ਚੀਜ਼ ਹੈਗੀ ਇਹ ਨਹੀਂ ਕਰਨੀ ਚਾਹੀਦੀ ਅਤੇ ਜਿਹੜੇ ਵੀ ਲੋਕ ਕਰ ਰਹੇ ਨੇਗੇ ਇਸ ਨੂੰ ਹਟਾਉਣ ਦੀ ਕੋਸ਼ਿਸ਼ ਕਰਨ ਅਲੱਗ ਅਲੱਗ ਤਰ੍ਹਾਂ ਦੀਆਂ ਐਕਟੀਵਿਟੀਜ਼ ਹੋ ਗਈਆਂ ਜਾਂ ਫਿਰ ਸਪੈਸ਼ਲੀ ਜਿਵੇਂ ਨੌਜਵਾਨ ਨੇਗੇ ਉਹ ਇਸ ਚੀਜ਼ ਵਿੱਚ ਜਾ ਰਹੇ ਨੇਗੇ ਉਹਨਾਂ ਨੂੰ ਇਹੋ ਜਿਹੀ ਚੀਜ਼ਾਂ ਤੋਂ ਬਚ ਕੇ ਰਹਿਣਾ ਚਾਹੀਦਾ ਅਤੇ ਇਹਨਾਂ ਵਿੱਚ ਨਹੀਂ ਕਰਨਾ ਚਾਹੀਦਾ। ਆਪਣੇ ਟੀਚਰਾਂ ਨੂੰ ਕੀ ਕਹੋਗੇ ਜਿਨ੍ਹਾਂ ਨੇ ਇੰਨੀ ਮਿਹਨਤ ਕਰਾਈ ਹੈ? ਟੀਚਰਾਂ ਦਾ ਬਹੁਤ ਬਹੁਤ ਥੈਂਕ ਯੂ, ਉਹਨਾਂ ਨੇ ਸਾਡੀ ਬਹੁਤ ਜ਼ਿਆਦਾ ਮਦਦ ਕੀਤੀ ਹੈਗੀ ਕਿਉਂਕਿ ਉਹਨਾਂ ਤੋਂ ਬਿਨਾਂ ਮੀਨਸ ਕੁਛ ਵੀ ਪੋਸੀਬਲ ਨਹੀਂ ਹੈਗਾ ਇਹਨਾਂ ਕਿਉਂਕਿ ਇੱਕ ਟੀਚਰਸ ਹੁੰਦੇ ਨੇ ਅਤੇ ਪੇਰੈਂਟਸ ਹੁੰਦੇ ਨੇ ਸਾਡੀ ਲਾਈਫ ਵਿੱਚ ਬਹੁਤ ਜ਼ਰੂਰੀ ਨੇ
टीचर्स ने साड़ी बहुत मदद की है फंक्शन दे विच जिदे नाल साड़ा बहुत ज़्यादा टैलेंट है जिहड़ा वह भी बाहर आया दसोंगे फंक्शन बहुत वधिया सी खाण पीन का भी बहुत वधिया प्रबंध सी अच्छा चाह पानी पकौड़े सारा कुछ बहुत वधिया सी फंक्शन फंक्शन दे विच केड़ी केड़ी एक्टिविटी सी बेटा फंक्शन दे विच अपना योगा हो गया ते डांस हो गया डांस बहुत सोहना जिदा भंगड़ा गिद्धा सारा कुछ सी अपने पंजाब दी सारियां सरकारी फंक्शन अपने जो चीफ गैसट आए थे डी सी आए हैं या होर आए उन्होंने जोड़े जानकारी दी की लग्या तुम वह वधिया दी जी उन्होंने बहुत मतलब के जानकारी कहना मतलब कि जो अजकल की जवानियां बाहर जा रही है बाहर जा रही है फॉरन मतलब रुख ज्यादा हो रहा है तुम किस तरह कहोगे इस तो यही कहना तो चाहेंगे जी भी मतलब कि जी सा इंडिया की सरकार ने उन्होंने सू पूरे जॉब देनिया चाहिए सरकार की सू मोटीवेट करना चाहिए भी असं जुड़ी रही है असं बाहर ਬਾਰੇ ਦੱਸੋਗੇ ਅੱਜ ਦਾ ਫੰਕਸ਼ਨ ਕੈਂਬਰਿਜ ਸਕੂਲ ਧੂਰੀ ਵਿੱਚ ਔਰਗਨਾਈਜ਼ ਕੀਤਾ ਗਿਆ ਇਸ ਦੇ ਵਿੱਚ ਕਾਫੀ ਤਰ੍ਹਾਂ ਦੀ ਆਈਟਮਾਂ ਤੇ ਬੱਚਿਆਂ ਦੇ ਖਾਣ ਪੀਣ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਜੀ ਜੀ ਤੇ ਬੇਟਾ ਕਿਹੜੀਆਂ ਕਿਹੜੀਆਂ ਐਕਟੀਵਿਟੀਜ਼ ਸੀ ਜਿਵੇਂ ਯੋਗਾ ਆ ਗਿਆ ਨਸ਼ਾ ਮੁਕਤ ਆ ਗਿਆ ਇਸ ਦੇ ਥਰੂ ਸਾਰਿਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਵੀ ਸਾਨੂੰ ਨਸ਼ਾ ਨਹੀਂ ਕਰਨਾ ਚਾਹੀਦਾ ਅੱਜ ਕੱਲ੍ਹ ਦਾ ਯੂਥ ਤੀਜੀ ਆਉਂਦੀ ਹੈ ਵੀ ਅੱਜ ਕੱਲ੍ਹ ਦਾ ਯੂਥ ਜਿਹੜਾ ਪੰਜਾਬ ਛੱਡ ਕੇ ਜਾ ਰਿਹਾ ਤਾਂ ਪੰਜਾਬ ਨੂੰ ਛੱਡਣ ਤੋਂ ਯੂਥ ਨੂੰ ਰੋਕਣ ਵਾਸਤੇ ਉਸਦੇ ਵਾਸਤੇ ਵੀ ਪੰਜਾਬੀ ਪਲੇ ਕੀਤਾ ਗਿਆ ਜੀ 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 ਕਿਉਂਕਿ ਬੱਚਾ ਇੱਕ ਸਕੂਲ ਤੋਂ ਸਿੱਖ ਕੇ ਅੱਗੇ ਵੱਧਦਾ ਕਿ ਲੱਗਦਾ ਇਹੋ ਜਿਹੀਆਂ ਐਕਟੀਵਿਟੀਜ਼ ਹੋਣੀਆਂ ਚਾਹੀਦੀਆਂ ਨੇ ਅੱਜ ਡੀ ਸੀ ਮੋਗਾ ਆਏ ਸੀ ਉਹ ਵੀ ਇਸ ਚੀਜ਼ ਦੇ ਵਿੱਚ ਉਹ ਕਰ ਰਹੇ ਸੀ ਕਿ ਬਾਹਰ ਜਾਣਾ ਇੱਕ ਗਲਤ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜਿਵੇਂ ਕਿ ਯੂਥ ਬਾਹਰ ਜਾ ਰਿਹਾ ਕਿ ਪਤਾ ਬਾਹਰ ਨਹੀਂ ਜਾਣਾ ਚਾਹੀਦਾ ਆਪਣੇ ਇੰਡੀਆ ਦੇ ਵਿੱਚ ਹੀ ਅਪਰਚੁਨਿਟੀਜ਼ ਹੈਗੀਆਂ ਨੇ ਬਹੁਤ ਜ਼ਿਆਦਾ ਜੋਬ ਦੀਆਂ